ਜਿਸ ਤਰ੍ਹਾਂ ਹਰ 26 ਜਨਵਰੀ ਤੇ ਹਿੰਦੁਸਤਾਨ ਦੇ ਵਿੱਚ ਬਹਾਦਰੀ ਦੇ ਅਵਾਰਡ ਪ੍ਰਦਾਨ ਕੀਤੇ ਜਾਂਦੇ ਹਨ, ਜਿਨ੍ਹਾਂ ਨੇ ਕੋਈ ਨਾ ਕੋਈ ਆਊਟਸਟੈਂਡਿੰਗ ਸੇਵਾਵਾਂ ਪ੍ਰਦਾਨ ਕੀਤੀਆਂ ਹੁੰਦੀਆਂ ਹਨ। ਜੇ ਅਜਿਹਾ ਹੀ ਅਵਾਰਡ ਕੋਈ ਕੈਨੇਡਾ ਦੇ ਵਿੱਚ ਹੁੰਦਾ ਤਾਂ ਇਹ ਅਵਾਰਡ ਕੀਥ ਵਿਲਨ ਨੂੰ ਮਿਲਣਾ ਸੀ, ਜੋ 3 ਸਾਲ ਦਾ ਬੱਚਾ ਜਿਸ ਨੇ ਆਪਣੀ ਸਮਝਦਾਰੀ ਦੇ ਨਾਲ ਇੱਕ ਬਜ਼ੁਰਗ ਆਦਮੀ ਦੀ ਜਾਨ ਬਚਾਉਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ। ਇਸ ਕਾਰ ਦੇ ਵਿੱਚ ਇੱਕ ਬਜ਼ੁਰਗ ਬੌਬ ਕਿੰਗ, ਜੋ ਪਹਿਲਾਂ ਹੀ ਕਾਫੀ ਬਿਮਾਰੀਆਂ ਦੇ ਨਾਲ ਕਿਰਿਆ ਹੋਇਆ, ਜਿਸ ਨੂੰ ਕੈਂਸਰ ਅਤੇ ਹਾਰਟ ਅਟੈਕ ਹੋ ਚੁੱਕਾ, ਉਸਦੀ ਵਾਈਫ ਸ਼ੋਪਿੰਗ ਕਰਨ ਲਈ ਕਾਰ ਦੀਆਂ ਚਾਬੀਆਂ ਲੈ ਕੇ ਅੰਦਰ ਚਲੇ ਗਈ। ਕਿਸੇ ਤਕਨੀਕੀ ਵਜ੍ਹਾ ਕਾਰਨ ਕਿ ਇਸ ਕਾਰ ਦੇ ਦਰਵਾਜ਼ੇ ਅੰਦਰੋਂ ਲੌਕ ਹੋ ਗਏ ਜੋ ਖੋਲ੍ਹ ਨਹੀਂ ਰਹੇ ਸਨ। ਅੰਦਰ ਬਹੁਤ ਜ਼ਿਆਦਾ ਗਰਮੀ ਹੋਣ ਦੇ ਕਾਰਨ ਬੌਬ ਦੀ ਹਾਲਤ ਬਹੁਤ ਖਰਾਬ ਹੋ ਗਈ। ਅਤੇ ਉਸਨੇ ਹੈਲਪ ਵਾਸਤੇ ਆਵਾਜ਼ਾਂ ਮਾਰੀਆਂ ਪਰ ਕਿਸੇ ਨੇ ਉਸਦੀ ਆਵਾਜ਼ ਨਹੀਂ ਸੁਣੀ। ਪਰ ਜੋ 3 ਸਾਲਾ ਇਹ ਬੱਚਾ ਉਸ ਕਾਰ ਦੇ ਲਾਗੇ ਖੇਡ ਰਿਹਾ ਸੀ, ਉਸਨੇ ਇਸ਼ਾਰੇ ਦੇ ਨਾਲ ਉਸਨੂੰ ਸਮਝਾਇਆ। ਇਸ ਸਮੇਂ ਕੇਥ ਵਿਲੀਅਮ ਨੇ ਬਹੁਤ ਕੋਸ਼ਿਸ਼ ਕੀਤੀ ਕਿ ਕਾਰ ਦਾ ਦਰਵਾਜ਼ਾ ਕਿਸੇ ਤਰੀਕੇ ਨਾਲ ਖੋਲ੍ਹ ਸਕੇ, ਪਰ ਬੱਚਾ ਛੋਟਾ ਹੋਣ ਕਾਰਨ ਉਹ ਕਾਰ ਦਾ ਦਰਵਾਜ਼ਾ ਨਹੀਂ ਖੋਲ੍ਹ ਸਕਿਆ। ਜੋ ਨੇੜੇ ਚਰਚ ਸੀ ਉੱਥੋਂ ਇੱਕ ਹੋਰ ਵਿਅਕਤੀ ਜੈਕ ਗ੍ਰੀਕ ਨੂੰ ਬੁਲਾ ਕੇ ਲੈ ਕੇ ਆਉਂਦਾ, ਜਿਸ ਨੇ ਦਰਵਾਜ਼ਾ ਖੋਲ੍ਹ ਕੇ ਉਸ ਬਜ਼ੁਰਗ ਦੀ ਸਹਾਇਤਾ ਕੀਤੀ, ਉਸ ਨੂੰ ਸਹੀ ਸਲਾਮਤ ਕਾਰ ਦੇ ਵਿੱਚੋਂ ਬਾਹਰ ਕੱਢਿਆ। ਵਰਨਣਯੋਗ ਹੈ ਕਿ ਜੇ 2-3 ਮਿੰਟ ਹੋਰ ਇਸ ਬਜ਼ੁਰਗ ਨੂੰ ਕਾਰ ਦੇ ਵਿੱਚੋਂ ਬਾਹਰ ਨਾ ਕੱਢਿਆ ਜਾਂਦਾ। ਜੋ ਇਹ 3 ਸਾਲ ਦਾ ਬੱਚਾ ਕੇਥ ਵਿਲੀਅਮ, ਇਹ ਛੋਟੇ ਹੋਣ ਤੋਂ ਹਾਲੇ ਸਿਰਫ 3 ਸਾਲ ਦਾ, ਪਰ ਇਸਦੀ ਖਾਹਿਸ਼ ਸੀ ਕਿ ਉਹ ਕਿਸੇ ਹੋਰ ਲੋਕਾਂ ਦੀ ਹੈਲਪ ਕਰ ਸਕੇ, ਤਾਂ ਹੀ ਉਹ ਹਰ ਵੇਲੇ ਸੁਪਰ ਹੀਰੋ ਦੀ ਟੀ ਸ਼ਰਟ ਪਾ ਕੇ ਰੱਖਦਾ ਅਤੇ ਨਿੰਜਾ ਦੇ ਸ਼ੂਜ਼ ਪਾ ਕੇ ਰੱਖਦਾ। ਪਰ ਉਸਦੀ ਮਨੋਭਾਵਨਾ, ਉਸਦੀ ਸਮਝਦਾਰੀ ਨੇ ਅੱਜ ਇਸ ਬਜ਼ੁਰਗ ਦੀ ਜਾਨ ਬਚਾ ਕੇ ਇੱਕ ਬਹੁਤ ਵਧੀਆ ਰੋਲ ਅਦਾ ਕੀਤਾ, ਜੋ ਆਪਣੇ ਸਾਰਿਆਂ ਵਾਸਤੇ ਇੱਕ ਪ੍ਰੇਰਣਾ ਸਰੋਤ ਹੈ। ਆਪਾਂ ਸਾਰਿਆਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਆਪਣੇ ਆਲੇ ਦੁਆਲੇ ਕੋਈ ਵੀ ਆਪਾਂ ਅਜਿਹੀ ਅਣਸੁਖਾਵੀਂ ਘਟਨਾ ਦੇਖਦੇ ਹਾਂ ਤਾਂ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਹਮੇਸ਼ਾ ਅੱਗੇ ਆਉਣਾ ਚਾਹੀਦਾ। ਅਸੀਂ ਆਸ ਕਰਦੇ ਹਾਂ ਕਿ ਇਸ ਬੱਚੇ ਦੀ ਸਟੋਰੀ ਤੋਂ ਸਾਰੇ ਜਣੇ ਪ੍ਰੇਰਿਤ ਹੋ ਕੇ ਜ਼ਰੂਰ ਆਪਣੇ ਬੱਚਿਆਂ ਨੂੰ ਅਜਿਹੀ ਸਿੱਖਿਆ ਦਿਓਗੇ ਤਾਂ ਕਿ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸਹਾਇਤਾ ਕਰ ਸਕਣ। ਗੁਰਪ੍ਰਿੰਦਰ ਸਿੰਘ ਮਾੜੀ ਮੇਗਾ, PTC ਨਿਊਜ਼, ਐਡਮਿੰਟਨ, ਕੈਨੇਡਾ।